ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਉਮੀਦ ਹੈ ਸਾਰੇ ਭੈਣ ਭਰਾ ਠੀਕ ਹੋ ਸੋ, ਅੱਲਾਹ ਨੇ ਜ਼ੋ ਮਾਲ ਚੋ ਸੋ। ਇਹ ਅੱਜ ਵਲੋਗ ਸ਼ੁਰੂ ਕਰਨੀ ਆ ਬਾਹਰੋਂ ਖਾਵਲ ਸਟੇਟ ਹੈ, ਜੋ ਮੈਂ ਆਪਣੀ ਸਟੇਟ ਹੈ ਜੋ ਰੋਜ਼ ਹੀ ਸ਼ੁਰੂ ਕਰਨੀ ਆ। ਅੱਜ ਖਾਵਲ ਸਟੇਟ ਹੈ, ਇੱਥੋਂ ਸਟਾਰਟ ਮਾਰੀ ਕਿੰਨੇ ਆ, ਬਾਹਰ ਆਏ ਹਾਂ। ਦੁਆ ਨੂਰ ਵੀ ਨਾਲ ਹੈ, ਉਹ ਅੱਗੇ ਅੱਗੇ ਜਾਣ ਲੱਗੀ ਹੈ। ਮੈਂ ਤੁਸੀਂ ਦੱਸ ਰਿਹਾ, ਮੌਸਮ ਅੱਜ ਬੜਾ ਸੋਹਣਾ ਜਿਹਾ ਬਣੇ ਆ, ਧੁੱਪ ਚੜੀ ਵੀ ਚੰਗੀ ਤਰ੍ਹਾਂ ਕੇ ਨਹੀਂ, ਕੱਲ੍ਹ ਵੀ ਚੰਗਾ ਸੀ, ਕੱਲ੍ਹ ਨਿੱਕੇ ਨਿੱਕੇ ਵਾਹ ਸੀ, ਅੱਜ ਵਾਹ ਬਿਲਕੁਲ ਕੋਈ ਹੈ, ਧੁੱਪ ਬਹੁਤ ਹੀ ਸੋਹਣੀ ਹੈ। ਸੋ ਬਾਹਰਾਂ ਨੇ ਤੁਸੀਂ ਦੱਸਣੇ ਆ, ਫਿਰ ਜੁਲੇ ਆ ਖਾਵਲ ਸਟੇਟਾਂ 'ਚ ਆਏ ਹਾਂ। ਖਾਲਾ ਔਰ ਉਹਨਾਂ ਪਤਾ ਕਰ, ਖਾਲਾ ਔਰ ਕਾਫੀ ਬਿਮਾਰ ਨੇ, ਅਛਣ ਕੁਣ ਸੀ ਹੋਇਆ, ਮੈਂ ਜੁਲੇ ਹਾਂ, ਉਹਨਾਂ ਨੂੰ ਪਤਾ ਕਰੀ ਜਾਣੇ ਆ। ਹੁਣ ਤੁਸੀਂ ਦੱਸਣੇ ਆ ਜੀ ਮੌਸਮ ਸਭ ਚੜ ਇਹ ਕੀ ਆ ਕਾਲਾ ਜੀ, ਉੱਧਰ ਪਰੇ ਚਿੱਟੇ, ਇਹ ਕੀ ਕਾਲਾ ਐਦਾ ਕਿ ਇੱਧਰ ਵੀ ਕਾਲੇ ਨੇ, ਕਾਲੇ ਕਾਲੇ ਵਿੱਚ ਵਿੱਚ ਚਿੱਟੇ ਵਿੱਚ ਵਿੱਚ ਕਾਲੇ। ਡਰਬੀ ਸਟ੍ਰੀਟ ਇਹ ਹਾਲਾ ਉਹਨਾਂ ਨੇ ਘਰੋਂ ਨਿਕਲੀ ਆਏ ਆ, ਦੁਆ ਨੂਰ ਮਗਰ ਪਈ ਗਈ ਆ ਕਾਲੀ ਬਿੱਲੀ ਨੇ। ਆਹ ਕੈਟ, ਗੋ ਟੱਚ, ਯੂ ਵਾਂਟ ਟੱਚ ਕੈਟ, ਦੱਸ ਲਓ ਟਾਵਰ ਕੈਟ, ਦੱਸ ਲਓ ਟੋਰੀਓ, ਇਸੇ ਦੱਸ ਲਓ ਟੋਰੀਓ, ਦੱਸ ਲਓ ਟੋਰੀਓ, ਕਮ ਔਨ ਕਮ ਔਨ ਕਮ ਔਨ ਦੁਆ ਨੂਰ ਹੈ। ਤੁਸੀਂ ਘੰਟਾ ਅੱਗਦਾ ਲੱਗੀ ਅਸੀਂ ਤਾਂ ਜੀ ਤੱਕੇ ਸਾਨੂੰ ਸੋਈ ਆਏ ਜੀ। ਅਸਾਂ ਦੁਆ ਨੂਰ ਨੇ ਲਾਇਆ, ਦੋਈ ਖਾਲਾਂ ਨੇ ਕਾਰ, ਅਸਾਂ ਹੈ ਉੱਥੇ ਵਿਹੋ ਤੁਸਾਂ ਘੰਟਾ ਇੱਕ ਮੇ ਘੰਟੇ ਤੱਕ ਮੁੰਨਾ ਆ। ਆਈ ਗਈਆਂ ਪਾਕ ਕੇਸਰੀ ਪਰ, ਪਾਕ ਕੇਸਰੀ ਵਾਲਿਆਂ ਕਹਿ ਕੇ ਅੱਜ ਬਣਾਇਆ, ਅੱਜ ਕਿਹੜੀ ਸਪੈਸ਼ਲ ਡਿਸ਼ ਬਣਾਈ ਹੋਈ ਜਿਹਨੇ, ਉਹ ਤੁਸਾਂ ਕੀ ਦੱਸ ਰਹੇ ਹਾਂ। ਅਗਰ ਕੋਈ ਮਜ਼ੀਦ ਬਣਾਉਣ ਲੱਗੇ ਹੋਣ, ਉਹ ਵੀ ਰੈਸਪੀ ਤੁਸਾਂ ਨਾਲ ਸ਼ੇਅਰ ਕਰਨੀ ਆ ਅੱਜ। ਮਾੜਾ ਲੈ ਜੇ ਕੋਈ ਨਾ ਹੋਈ ਤਾਂ ਅਸਾਂ ਨੇ ਬਣਾਓ, ਅੱਜ ਕੋਈ ਰੈਸਪੀ ਇਹਨਾਂ ਕੋਲ ਬਣਵਾਉਣੀ ਆ। ਜੇ ਵਿਹਲੇ ਹੋਏ ਤਾਂ ਜੀ, ਬਿਜ਼ੀ ਹੋਏ ਤਾਂ ਫਿਰ ਨਹੀਂ ਬਣਾਉਣ ਲੱਗੇ। ਚਲੋ ਤੱਕਣੀ ਜੁੱਲੀ ਦਾ ਘਰ ਨੇ ਕਹਿਣ ਪਏ, ਤੱਕਣੀ ਸਕਾਏ ਬਿਲਕੁਲ ਖੜੇ ਆ, ਇਹ ਪਤਾ ਨਹੀਂ ਕੌਣ ਆਇਆ ਜੀ ਵੈਣ ਕਿੰਨੀ ਤਾਂ ਕੋਈ, ਇਤਨੀ ਬੜੀ ਵੈਣ ਕੁਛ ਆਉਂਦੀ ਹੈ, ਤੁਸੀਂ ਸਕਣੇ ਹੋ ਕਹੋ ਸਕਾਏ ਵੀ। ਕੋਈ ਇਹਨੇ ਪਹਿਲੇ ਇਹਨੇ ਚੀਜ਼ਾਂ ਬਣਾਈ ਤਾਂ ਰੱਖੀਆਂ ਜੀ, ਮੈਂ ਦਿਲ ਸੀ ਤੁਸਾਂ ਨਾਲ ਕੋਈ ਆਲੂ ਗੋਸ਼ ਨੇ ਰੈਸਪੀ ਸ਼ੇਅਰ ਕਰ ਸਾਂ, ਪਰ ਅੱਜ ਮਾੜਾ ਲੈ ਕੋਈ ਆਰਡਰ ਵੀ ਕੋਈ ਨੇ, ਅੱਜ ਆਈਆ ਕੁਝ ਬਣਾਏ ਨੇ, ਕੋਈ ਆਖਿਆ ਜੀ ਆਏ, ਇਹ ਕਿਹਾ ਮਿੱਠੇ ਚਾਵਲ, ਇਹਨੇ ਕਿਹਾ ਆਪਣੇ ਨੂੰ ਸਵੀਟ ਰਾਈਸ, ਤਾਂ ਤੁਸਾਂ ਬਾਈ ਹੁਣ ਟਾਪਿੰਗ ਚੈੱਕ ਕਰੋ, ਜ਼ਰੂਰੀ ਹੈ ਮੈਂ ਬਸ ਹਾਂ। ਹਾਂ ਇੱਧਰ ਬਿਰਿਆਨੀ ਬਣੀ ਹੈ ਜੀ, ਮਤਲਬ ਕੋਈ ਮਿਕਸ ਸਬਜ਼ੀ, ਅਤੇ ਇੱਧਰ ਹੈ ਜੀ ਆਲੂ ਗੋਸ਼ਤ। ਇਹ ਰੈਸਪੀ ਤੁਸਾਂ ਨਾਲ ਸ਼ੇਅਰ ਕਰਨੀ ਸੀ, ਕਮੈਂਟ ਵੀ ਐਸੀ ਕਿ ਬਈ ਆਲੂ ਗੋਸ਼ਤ ਨਹੀਂ ਰੈਸਪੀ ਅਸੀਂ ਬਣਾਈ ਤਾਂ ਦੱਸੋ, ਪਰ ਉਹ ਫਿਰ ਕਿੱਥੇ ਬਣਾਈ ਦੱਸਾਂ, ਅੱਜ ਤਾਂ ਇੰਨਾ ਤੁਸਾਂ ਹੀ ਬਣਾਏ ਆ ਸਾਰਾ ਕੁਝ, ਹੋਰ ਕੁਝ ਬਣਾਉਣਾ ਵੀ ਗੋਣੀ ਨੇ। ਤਾਂ ਆਪੂ ਬੈਠੇ ਹੋਏ ਨੇ ਬਾਹਰ ਗੱਪਾਂ ਮਾਰਨ ਲੱਗੇ, ਅੱਧਾ ਸਟਾਫ ਬਾਹਰ ਹੈ ਤਾਂ ਅੱਧਾ ਅੰਦਰ ਸਫਾਈਆਂ ਕਰਨ ਲੱਗੇ ਆ ਜੀ। ਹੈ ਤਾਂ ਕੀ ਸਕਦੇ ਹੋ ਜੀ, ਪਿੱਛੇ ਵਾਲੇ ਹੁਣ
ਬੂਟੇ ਛੂਟੇ ਲੱਗੇ ਹੋਏ, ਦੀਵਾਰ ਵੀ ਤੁਸੀਂ ਤੱਕਣੀ ਹੋ ਸੀ, ਭੱਜੀ ਤਰੁੱਟੀ ਵੀ, ਇਹ ਵੀ ਕੁਛ ਠੀਕ ਕਰਨੀ ਪਈ ਸੀ। ਆਏ ਗਏ ਹਾਂ ਵਾਪਸ ਘਰ, ਦੁਆ ਲੋੜ ਕੇ ਵੀ ਕਿੰਨੀਆਂ ਆ, ਉਸ ਲਾਏ ਅਸੀਂ ਬਾਇਡਨ ਸਟੇਟ ਫਿਰ ਗਏ ਹਾਂ ਪਾ ਕੇਟਰਿੰਗ, ਪਰ ਫਿਰ ਮੁੜੀ ਤਾਂ ਤੁਸੀਂ ਹੁਣ ਨਹੀਂ ਚਾਹੀਦਾ, ਵਾਪਸ ਘਰ ਆਈ ਗਏ ਹਾਂ। ਤਾਂ ਚਾਹ ਬਣਾਈ ਹੈ, ਚਾਹ ਪੀਣੀ ਆ, ਜੁਲੇ ਹਾਂ ਵਾਪਸ ਪਾ ਕੇਟਰਿੰਗ, ਪਰ ਅੱਜ ਘਰ ਬਣਾਉਣੇ ਨਾਲ ਕੋਈ ਦਿਲ ਨਹੀਂ ਕਰਨਾ, ਕਿਹੜੀ ਰੈਸਪੀ ਬਣਾਈ ਆ ਕੋਈ ਸਮਝ ਨਹੀਂ ਇਸ ਨਹੀਂ, ਤਾਂ ਕਿਆ ਬਣਾਈਏ ਹੁਣ। ਇਸ ਲਈ ਆਖਿਰ ਟਾਈਮ ਹੋ ਗਿਆ ਤਕਰੀਬਨ 6:30 ਨਾਲ, 6:15 ਨਾਲ, ਤਾਂ ਆਖਿਰ ਛੋੜੋ ਪਰ ਆਉਣ ਕਾ ਅੱਜ ਬਣਤੇ ਜਾਂ ਕਿੰਨੀ ਖਰੀਆਂ ਜੁਲੇ ਮੁੜੀ ਵਾਪਸ ਪਾ ਕੇ ਟਰਿੰਗ, ਪਰ ਹੁਣ ਤੱਕਣੀਆਂ ਤੁਸੀਂ ਦੱਸਿਆ ਸੀ ਕਲਿੱਪ, ਆਲੂ ਗੋਸ਼ਤ ਬਣਾਇਆ ਨੇ, ਚਿਕਨ ਕੜੀ ਬਣਾਈ ਗਏ ਨੇ, ਮਿਕਸ ਵੈੱਜ ਬਣਾਏ ਵਾਲੇ, ਤਾਂ ਕਹਿੰਦੇ ਕੋਈ ਸਟਾਰਟਰ ਆਉਣੀ ਹੈ ਜਾਂ ਕੋਈ ਕੜੀ ਛੜੀ ਜਾਣੀ ਹੈ, ਤਾਂ ਨਾਲ ਰੋਟੀਆਂ ਜਾਂ ਨਾ ਨੇ ਆ, ਚਲੋ ਚਾਹ ਪੀਣੇ ਆ, ਅਤੇ ਫਿਰ ਜੁਲੇ ਹਾਂ ਪਾ ਕੇ ਟਰਿੰਗ, ਪਰ ਤੱਕਣੀਆਂ ਤੁਸੀਂ ਸ਼ੇਅਰ ਕਰਨੇ ਆ, ਕਿਆ ਆਉਣੀ ਹੈ ਜੀ। ਇਹ ਤਾਂ ਕੁਛ ਨਹੀਂ, ਸਕਾਈ ਦਾ ਜਿਹਾ ਥੋੜ੍ਹੀ ਥੋੜ੍ਹੀ ਕਲੀਅਰ ਹੈ, ਕੋਈ ਹੈ ਬਾਰਿਸ਼ ਏਸੀ ਸਹੀ, ਬਾਰਿਸ਼ ਚੱਲ ਲੱਗੀ ਹੈ, ਬਣਨੀ ਹੈ ਪਈ, ਕਣੀਆਂ ਕੋਈ ਲੱਥੀਆਂ ਹੈ ਨਾ ਇੱਧਰ, ਕਾਲੇ ਝਾੜੇ, ਬਾਰਿਸ਼ ਬਣ ਲੱਗੀ ਹੋਈ, ਸਕਣਾ ਰਾਤੀ ਲੈ, ਰਾਤੀ ਬਾਰਿਸ਼ ਏਸੀ, ਤਾਂ ਸੋਹਣਾ ਤਾਂ ਮੌਸਮ ਅੱਜ ਰਿਹਾ, ਦਿਹਾੜੀ ਧੁੱਪ ਛੁੱਪ ਚੜ੍ਹੀ ਰਹੀ ਹੈ। ਇਹ ਦੇਖੋ ਜੀ, ਇਹ ਸਾਡੇ ਭਾਈ ਹੋਰ ਲੱਗੇ ਨੇ ਅੰਦਰ ਕੰਮ ਕਰਨ, ਬੜੇ ਮਿਹਨਤੀ ਜੇ, ਤਕੜੇ ਇੰਨਾ ਕਹਿ ਕੇ ਜੇ ਰੱਖੇ ਆ, ਇੰਨਾ ਕਿ ਆਖਣੇ ਕੋਈ ਦਿਓ ਬਣਾਈ ਤਾਂ ਕਿ ਉਹ ਭੁੱਖ ਚਾਢੀ ਲੱਗੀ ਹੋਈ ਆ, ਨਾਲ ਚਾਰ ਰੋਟੀਆਂ ਵੀ ਲਵਾਉਣੀਆਂ, ਦੋ ਨਾਲ ਲਵਾਉਣੇ ਆ, ਉਹ ਕੋਈ ਚੋੜੀਆਂ ਛੋੜੀਆਂ ਪਈਆਂ ਵੀ ਕਿ ਦੇਸੀਆਂ ਟਰੇਅ 'ਚ ਜੁਲੇ ਆ, ਉਹਨਾਂ ਕੀ ਕਲੁੱਚ ਕਰਨੇ ਆ। ਉਹ ਤੱਕੋ ਜੀ ਪਾਪਾ ਵੀ ਸਾਲੇ ਆਏ ਰਹੇ, ਪਾਪਾ ਤਾਈ ਸਾਹਿਬ ਆਏ ਰਹੇ, ਚਮਕੇ ਚੁਮਕੇ ਜਿਹੜੇ ਰਹੇ ਨੇ, ਪਤਾ ਨਹੀਂ ਕਿਹੜੇ ਚੱਕਰਾਂ 'ਚ ਉਹਨੂੰ, ਬਹੁਤ ਚਮਕਣੇ ਨੇ ਦਿਹਾੜੇ, ਕਿਆ ਵਜ੍ਹਾ ਕਿਆ, ਅੱਛਾ ਮੌਸਮ ਚੰਗਾ ਤਾਂ ਚਮਕੇ ਵੀ ਰਹਿਣੇ ਆਜਾ। ਕੁਦਰ ਗਏ ਸੋ ਦੋਈ ਜਾਣੇ, ਦੋਈ ਜਾਣੇ ਕੁਦਰ ਗਏ ਵੇ ਸੋ, ਫਿਲਮ ਬਣਨੀ ਬੁੱਢੇ ਬਾਰ ਹੈ, ਜਵਾਨੀ ਚ ਤਾਂ ਬਣਨੀ ਕੋਈ ਨੀ, ਅੱਜ ਕਿਆ ਦੋ ਜਣੇ ਚਮਕੇ ਵੀ ਉਹ, ਕਿਆ ਦੋ ਜਣੇ ਚਮਕੇ ਵੀ ਉਹ, ਖਾਨੇ ਟਿਕਨਲ ਜੁਲੋ, ਮੱਠ ਲਾ ਕੇ ਜੁਲੋ, ਅਸ਼ਪੂਨ ਜੁਲੋ, ਜਿੱਧਰ ਜੁਸੋ ਯੂਟਿਊਬ। ਦੋ ਤੰਦੂਰੀਆਂ ਬੱਚੀਆਂ, ਇਹ ਖਾਣਾ ਜਾਂ ਹੁਣ ਮੈਂ ਤੰਦੂਰੀਆਂ ਨਾਨਾ ਪਰ ਰੱਖਣੇ ਆ, ਉੱਪਰ ਪਾਉਣੇ ਆ ਸੋਸ ਸਲਾਦ, ਇਹ ਇੰਜੋਏ ਕਰਨੇ ਆ। ਇਹਦਾ ਕੁਝ ਤੰਦੂਰੀ ਇਹ ਰੱਖਣੇ ਆ, ਇਹ ਨਾਨਾ ਪਟਕੀ ਗਈ, ਦੂਈ ਨਾਨਾ ਪਟਕੀ ਗਈ, ਪਰ ਹੁਣ ਤੱਕਣੇ ਆ ਸਲਾਦ, ਕਾਫੀ ਲੇਟ ਆ ਹੋਇਆ ਟਾਈਮ, ਪਤਾ ਨਹੀਂ ਹੈ ਜਾਂ ਕੋਈ ਨਹੀਂ। ਕੁਆਬ ਸਾਲੇ ਤਿਆਰ ਹੋ ਗਏ, ਇਹ ਢਾਬਾ ਕੁਆਬ ਨਹੀਂ, ਇਹ ਪਾਕ ਕੇਟਰਿੰਗ ਕੁਆਬ ਹੈ, ਪਾਕ ਕੇਟਰਿੰਗ ਚਿਕਨ ਤੰਦੂਰੀ ਕੁਆਬ ਇਹਨੇ ਬਾਬਾ ਜੀ, ਤੰਦੂਰੀ ਚਿਕਨ ਔਰ ਨਾਨ ਵਿਦ ਸਾਲਡ ਐਂਡ ਸੋਸ,
ਤੇ ਨਾਲ ਲੀਚਾ। ਸੋ ਉਸ ਮੈਂ ਥੋੜ੍ਹੀ ਥੋੜ੍ਹੀ ਪਾਇਆ ਸੀ, ਸਾਲਡ ਵੀ ਥੋੜ੍ਹਾ ਹੀ ਪਾਇਆ ਸੀ। ਇਹ ਕਰਨੇ ਆ ਇੰਜੋਏ, ਖਾਣੇ ਆ, ਪੇਟ ਭਰਨੇ ਆ ਅਤੇ ਫਿਰ ਅਗਲਾ ਕੰਮ ਕਰਨੇ ਆ। ਇਹ ਖਾਈ ਕਿ ਨਹੀਂ ਹੈ, ਫਿਰ ਤੁਸੀਂ ਮਿਲਣੇ ਆ। ਕੋਈ ਖਾਣਾ ਛਾਣਾ ਖਾਧਾ, ਆ ਗਈ ਆ ਹੁਣ ਬਾਹਰ ਛਾਪ ਹੈ, ਪਰ ਕਿਉਂਕਿ ਸਵੇਰੇ ਵਾਸਤੇ ਵੀ ਕੋਈ ਇੰਤਜ਼ਾਮ ਕਰ ਲਾ। ਬ੍ਰੈਡ ਖਤਮ ਹੋਈ ਸੀ, ਮੈਂ ਚਲੋ ਬ੍ਰੈਡ ਸ਼ੈਡ ਕਨੀਸ਼ਨੇ ਆ, ਕੋਈ ਕੇਕ ਕਨੀਸ਼ਨੇ ਆ, ਨਾਲ ਤੱਕਣੇ ਕੋਈ ਕਸਟਰ ਲੱਭੀ ਜਾਏ, ਕਸਟਰ ਕਨੀਸ਼ਨੇ ਆ ਜਾਂ ਲੋਂਡਸ ਸ਼ਾਪ ਹੈ, ਲੋਂਡੇ ਸਾਡੇ ਕੋਲ ਪਤਾ ਕਰਨੇ ਆ ਇਸ ਤਰ੍ਹਾਂ ਕੋਲ ਕੋਈ ਕਸਟਰਡ ਹੈ ਜਾਂ ਕੋਈ ਨਹੀਂ। ਬ੍ਰੈਡ ਦਾ ਖੈਰ ਉਸੇ 'ਚ ਬ੍ਰੈਡ ਦਾ ਦੁੱਧ ਹੋਣਾ ਹੀ ਹੈ, ਪਰ ਕਸਟਰਡ ਲੱਭਣਾ ਹੀ ਆ ਨਹੀਂ, ਉਹ ਡੱਬੇ ਵਾਲਾ ਕਸਟਰ ਨਹੀਂ ਹੋਣਾ ਹੋਊਗਾ ਕਹਿੰਦੇ ਆ। ਬਣਾਈ ਦਾ ਘਰ ਵੀ ਸਕਣੇ ਆ, ਪਾਊਡਰ ਵਾਲਾ ਦੁੱਧ ਬਾਈ, ਪਾਊਡਰ ਗਰਮ ਕਰੀਦਾ ਦੁੱਧ, ਪਾਊਡਰ ਬਹੁਤ ਥੋੜ੍ਹਾ ਥੋੜ੍ਹਾ ਨਾਲ ਮਿਕਸ ਕਰੀਦਾ, ਉਹ ਬਣੇ ਵਾਲਾ ਲੱਭੀ ਜਾਏ ਤਾਂ ਉਹ ਚੰਗਾ ਹੈ, ਚੁੱਲ੍ਹੇ ਅੰਦਰ ਤੱਕਣੀਆਂ ਲੱਭਣਾ ਜਾਂਦੀ। ਕਿਸੇ ਕੋਲ ਸੋ ਜੀ ਆਏ ਗਏ ਹੋ ਵਾਪਸ ਘਰ, ਅੰਦਾ ਸੰਖਿਆ ਆ ਉੱਥੋਂ ਲੋਂਡਸ ਛਾਪੇ ਵਰੋਂ, ਇਹ ਤੁਸੀਂ ਕੀ ਹੁਣ ਦੱਸ ਰਹੇ ਹਾਂ। ਇਹ ਕਸਟਰ ਡੱਬਾ ਹੁੰਦਾ ਚੇਨ, ਅਸੀਂ ਦੂਆ ਕਾਟਨ 'ਚ ਜਿਹੜਾ ਹੁੰਦਾ ਜੇ ਕਸਟਰਡ, ਉਹ ਕਿੰਨੇ ਦਾ ਗਿਆ ਸਾ ਉਹ ਲੱਭਾ ਨਹੀਂ, ਇਸ ਵਾਸਤੇ ਡੱਬਾ ਲੱਭਾ ਸਹੀ ਆ ਵੀ ਚਾਹੀਏ ਹੁੰਦਾ ਆ। ਅਤੇ ਨਾਲ ਆਉਂਦਾ ਜੀ ਅਸਾਂ ਕਿਹਾ ਜੀ ਕੋਟੇਜ ਜਾਮ ਬੇਕਵੇਅਰ ਹੈ, ਨਾਲ ਆਉਂਦੇ ਜੀ ਸਵਿਸ ਰੋਲ, ਅਤੇ ਇੰਨੇ ਹੀ ਕਰਨੇ ਆ ਹੁਣ। ਕਸਟਰਡ ਡੱਬਾ ਖੋਲ੍ਹਣੇ ਆ, ਗਰਮ ਕਰਨੇ ਆ, ਜੇ ਬਣੇ ਆ ਸਵਿਸ ਰੋਲ ਖਾਣੇ ਆ। ਨਾਲ 50-50 ਬ੍ਰੈਡ ਵੀ ਕਿੰਨੀ ਆਇਆ ਸੋ ਹੈ ਜੀ। ਹੁਣ ਜਾਂ ਬੇਕਵੇਲ ਬਾਈ ਹੈ ਜਾਂ ਸਵਿਸ ਬਾਂ, ਇਹ ਵਾਲਾ ਕੋਈ ਮਾਇਲ ਨਹੀਂ ਬਣਨ ਲੱਗੇ, ਕਸਟਰ ਨਾਲ ਕਹਿ ਕਰੀਏ। ਚਲੋ ਪਹਿਲੇ ਡੱਬਾ ਤਾਂ ਖੋਲ੍ਹ ਲਾਉਣਾ ਅਤੇ ਫਿਰ ਤੁਸੀਂ ਦੱਸਣੀ ਆ ਬਈ ਡੱਬਾ ਤਾਂ ਅਸਾਂ ਖੋਲ੍ਹ ਲੈਂਦਾ ਕਸਟਰ ਆ, ਅਸੀਂ ਬਾਣੀ ਜੀ ਤਾਂ ਪਲੇਟ 'ਚ ਥੋੜ੍ਹਾ ਜਿਹਾ ਬਾਣਿਆ, ਜ਼ਿਆਦਾ ਨਹੀਂ। ਅਸੀਂ ਕਰਨੇ ਆ ਗਰਮ, ਜਿਹੜਾ ਇਹ ਗਰਮ ਹੋਣਾ ਜਿਹੜਾ ਅਸਾਂ ਕੇਕ ਕੱਟੀਨੇ ਆ ਸਵਿਸ ਰੋਲ ਜੀ, ਹੈ ਤਾਂ ਕੌਣ ਕਸਟਰਡ ਵਿਦ ਸਵਿਸ ਰੋਲ। ਜੀ ਮਾਸ਼ਾਲਾ ਜੀ ਕਸਟਰਡ ਹੈ ਤਾਂ ਕਿਹਨੂੰ, ਪਲੇਟ ਖਾਲੀ ਹੋ ਗਈ ਆ, ਕਸਟਰਡ ਦਾ ਅਸਾਂ ਖਾਈ ਕਿੰਦਾ ਆ, ਬਹੁਤ ਟੇਸਟੀ ਸੀ, ਵੈਰੀ ਨਾਈਸ, ਵੈਰੀ ਗੁੱਡ, ਬਹੁਤ ਹੀ ਅੱਛਾ ਸੀ ਖਾਣੇ ਤੋਂ ਬਾਅਦ। ਮੈਂ ਚਲੋ ਥੋੜ੍ਹੀ ਕਾਫੀ ਇਕੱਲਿਆਂ ਨਾਲ ਤਕਰੀਬਨ ਦਿਲ ਕਰਨਾ ਸੀ, ਕਸਟਰਡ ਕੇਕ, ਕਸਟਰਡ ਕੇਕ, ਕੇਕ ਤਾਂ ਲੰਬਾ ਕੋਣੀ ਸੀ, ਫਰੂਟ ਕੇਕ ਮੈਂ ਜ਼ਿਆਦਾਤਰ ਖਾਣਾ ਹੋਣਾ ਕਸਟਰਡ, ਉਹ ਲੰਬਾ ਕੋਣੀ, ਮੈਂ ਚਲੋ ਅੱਜ ਸਵਿਸ ਰੋਲ ਹੀ ਖਾਣੀ, ਤੋ ਖਾਈਦਾ ਸ਼ੌਂਕ ਪੂਰੀ। ਹੁਣ ਹਫ਼ਤਾ ਇੱਕ ਆਰਾਮ, ਹੁਣ ਦਿਲ ਨਹੀਂ ਕਰਾਂਗਾ ਕਸਟਰ ਖਾਣੇ ਨਾਲ, ਤੋ ਹਫ਼ਤੇ 'ਚ ਇੱਕ ਦੋ ਵਾਰੀ ਖਾਈ ਲਾ। ਚਲੋ ਅੱਜ ਨੂੰ ਵੀਡੀਓ ਉਮੀਦ ਕਰਨੀ ਤੁਸੀਂ ਪਸੰਦ ਆਈ ਹੈ, ਤੁਸੀਂ ਪਸੰਦ ਆਈ ਹੈ ਲਾਈਕ ਐਂਡ ਸ਼ੇਅਰ ਕਰੀ ਛੋੜੋ, ਸਬਸਕ੍ਰਾਈਬ ਕਰੀ ਛੋੜੋ, ਤੁਸੀਂ ਮਿਲਦਾ ਅਗਲੇ ਵਲੋਗ 'ਚ। ਇਤਨੇ ਜ਼ਿਆਦਾ ਆਪਣਾ ਖਿਆਲ ਰੱਖੇ, ਮਾੜੇ ਵਾਸਤੇ ਵੀ ਦੁਆ ਕਰੇ, ਅੱਲਾ ਹਾਫਿਜ਼।